ਲੁਟੇਰਿਆਂ ਦੇ ਵੱਲੋਂ ਇੱਕ ਡਾਕਟਰ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਆਡੀ ਕਾਰ ਲੈ ਕੇ ਫਰਾਰ ਹੋ ਗਏ। ਦੱਸ ਦਈਏ ਕਿ ਪਿਸਤੌਲ ਦੀ ਨੋਕ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਡਾਕਟਰ ਤੋਂ ਗੱਡੀ ਖੋਹੀ ਗਈ, ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਲੁੱਟਖੋਹ ਦੇ ਮੌਕੇ ਲੁਟੇਰਿਆਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਲੁੱਟਖੋਹ ਮੌਕੇ ਡਾਕਟਰ ਤੇ ਵੀ ਇਹਨਾਂ ਲੁਟੇਰਿਆਂ ਨੇ ਗੋਲੀ ਚਲਾਈ, ਫਿਰ ਉਸ ਤੋਂ ਬਾਅਦ ਉਸਦੀ ਆਡੀ ਕਾਰ ਲੈ ਕੇ ਫਰਾਰ ਹੋ ਗਏ। ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦਾ ਕੋਈ ਨਿਸ਼ਾਨ ਲੱਭ ਸਕੇ। ਦੱਸ ਦਈਏ ਕਿ ਕਿਸੇ ਕੰਮ ਦੇ ਸੰਬੰਧ ਵਿੱਚ ਡਾਕਟਰ ਤਰਨਜੀਤ ਸਿੰਘ ਇੱਥੇ ਆਇਆ ਸੀ, ਜਿਸ ਮੌਕੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਉਸ ਤੋਂ ਆਡੀ ਕਾਰ ਖੋਹ ਲਈ ਤੇ ਮੌਕੇ ਤੋਂ ਰਫੂ ਚੱਕਰ ਹੋ ਗਏ। ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ, ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਆਲੇ ਦੁਆਲੇ ਦੇ CCTV ਕੈਮਰੇ ਖੁੰਘਾਲੇ ਵੀ ਜਾ ਰਹੇ ਨੇ। ਦੱਸ ਦਈਏ ਕਿ ਪਿਸਤੌਲ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਡਾਕਟਰ ਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਹੋਈ। ਜਦੋਂ ਡਾਕਟਰ ਕਿਸੇ ਕੰਮ ਦੇ ਸੰਬੰਧੀ ਇੱਥੇ ਆਇਆ ਸੀ ਤਾਂ ਪਿਸਤੌਲ ਦੀ ਨੋਕ ਤੇ ਉਸ ਤੋਂ ਆਡੀ ਗੱਡੀ ਖੋਹੀ ਗਈ। ਇਹ ਮੈਟਰ ਇਸ ਤਰ੍ਹਾਂ ਹੈਗਾ ਜੀ, ਸਾਨੂੰ ਰਾਤ ਕਾਲ ਆਈ ਹੈ ਕਿ ਕਰੀਬ 11:30 ਵਜੇ ਡਾਕਟਰ ਤਰੁਣ ਬੇਰੀ ਜੀ ਹੈਗੇ ਨੇ, ਉਹ ਇੱਥੇ ਆਏ ਸੀਗੇ ਡਾਕਟਰ ਕਿਹੜੀ ਦੀ ਰਿਹਾਇਸ਼ 'ਤੇ, ਅਤੇ ਉਹਨਾਂ ਦੀ ਜਿਹੜੀ ਫੈਮਿਲੀ ਛੱਡਣ ਆਏ ਸੀਗੇ, ਅਤੇ ਡਾਕਟਰ ਤਰੁਣ ਬੇਰੀ ਜਿਹੜੀ ਗੱਡੀ ਸੀ ਉਹ ਸਨੈਚ ਕਰਕੇ ਲੈ ਗਏ ਨੇ, ਉਹ ਅਣਪਛਾਤ ਵਿਅਕਤੀ। ਹਾਂਜੀ, ਗੋਲੀ ਦਾ ਇੰਸੀਡੈਂਟ ਹੋਇਆ, ਅਜੇ ਫਿਲਹਾਲ ਇੱਕ ਦਾ ਹੀ ਪਤਾ ਲੱਗਿਆ ਹੋਇਆ। ਹਾਂਜੀ ਹਾਂਜੀ, ਫੁੱਲ ਮਿਲ ਗਿਆ, ਉਹਨਾਂ ਦੀ ਗੱਡੀ ਸੀ ਉਹ ਸਨੈਚ ਕਰਕੇ ਲੈ ਗਏ ਨੇ ਜੀ। ਉਹ ਜੇ ਤਫਤੀਸ਼ ਤੋਂ ਦੱਸਿਆ ਨਹੀਂ ਉਹਨਾਂ ਸਾਨੂੰ, ਤੁਹਾਨੂੰ ਗੱਡੀ ਬਾਰੇ ਦੱਸਿਆ ਸੀ ਉਹਨਾਂ ਨੇ ਆਪਣਾ। ਲੁਟੇਰਿਆਂ ਦੇ ਵੱਲੋਂ ਇੱਕ ਡਾਕਟਰ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਆਡੀ ਕਾਰ ਲੈ ਕੇ ਫਰਾਰ ਹੋ ਗਏ। ਦੱਸ ਦਈਏ ਕਿ ਪਿਸਤੌਲ ਦੀ ਨੋਕ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਡਾਕਟਰ ਤੋਂ ਗੱਡੀ ਖੋਹੀ ਗਈ, ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਲੁੱਟਖੋਹ ਦੇ ਮੌਕੇ ਲੁਟੇਰਿਆਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਲੁੱਟਖੋਹ ਮੌਕੇ ਡਾਕਟਰ ਤੇ ਵੀ ਇਹਨਾਂ ਲੁਟੇਰਿਆਂ ਨੇ ਗੋਲੀ ਚਲਾਈ, ਫਿਰ ਉਸ ਤੋਂ ਬਾਅਦ ਉਸਦੀ ਆਡੀ ਕਾਰ ਲੈ ਕੇ ਫਰਾਰ ਹੋ ਗਏ। ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦਾ ਕੋਈ ਨਿਸ਼ਾਨ ਲੱਭ ਸਕੇ। ਦੱਸ ਦਈਏ ਕਿ ਕਿਸੇ ਕੰਮ ਦੇ ਸੰਬੰਧ ਵਿੱਚ ਡਾਕਟਰ ਤਰਨਜੀਤ ਸਿੰਘ ਇੱਥੇ ਆਇਆ ਸੀ, ਜਿਸ ਮੌਕੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਉਸ ਤੋਂ ਆਡੀ ਕਾਰ ਖੋਹ ਲਈ ਤੇ ਮੌਕੇ ਤੋਂ ਰਫੂ ਚੱਕਰ ਹੋ ਗਏ। ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ, ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਆਲੇ ਦੁਆਲੇ ਦੇ CCTV ਕੈਮਰੇ ਖੁੰਘਾਲੇ ਵੀ ਜਾ ਰਹੇ ਨੇ। ਦੱਸ ਦਈਏ ਕਿ ਪਿਸਤੌਲ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਡਾਕਟਰ ਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਹੋਈ। ਜਦੋਂ ਡਾਕਟਰ ਕਿਸੇ ਕੰਮ ਦੇ ਸੰਬੰਧੀ ਇੱਥੇ ਆਇਆ ਸੀ ਤਾਂ ਪਿਸਤੌਲ ਦੀ ਨੋਕ ਤੇ ਉਸ ਤੋਂ ਆਡੀ ਗੱਡੀ ਖੋਹੀ ਗਈ। ਇਹ ਮੈਟਰ ਇਸ ਤਰ੍ਹਾਂ ਹੈਗਾ ਜੀ, ਸਾਨੂੰ ਰਾਤ ਕਾਲ ਆਈ ਹੈ ਕਿ ਕਰੀਬ 11:30 ਵਜੇ ਡਾਕਟਰ ਤਰੁਣ ਬੇਰੀ ਜੀ ਹੈਗੇ ਨੇ, ਉਹ ਇੱਥੇ ਆਏ ਸੀਗੇ ਡਾਕਟਰ ਕਿਹੜੀ ਦੀ ਰਿਹਾਇਸ਼ 'ਤੇ, ਅਤੇ ਉਹਨਾਂ ਦੀ ਜਿਹੜੀ ਫੈਮਿਲੀ ਛੱਡਣ ਆਏ ਸੀਗੇ, ਅਤੇ ਡਾਕਟਰ ਤਰੁਣ ਬੇਰੀ ਜਿਹੜੀ ਗੱਡੀ ਸੀ ਉਹ ਸਨੈਚ ਕਰਕੇ ਲੈ ਗਏ ਨੇ, ਉਹ ਅਣਪਛਾਤ ਵਿਅਕਤੀ। ਹਾਂਜੀ, ਗੋਲੀ ਦਾ ਇੰਸੀਡੈਂਟ ਹੋਇਆ, ਅਜੇ ਫਿਲਹਾਲ ਇੱਕ ਦਾ ਹੀ ਪਤਾ ਲੱਗਿਆ ਹੋਇਆ। ਹਾਂਜੀ ਹਾਂਜੀ, ਫੁੱਲ ਮਿਲ ਗਿਆ, ਉਹਨਾਂ ਦੀ ਗੱਡੀ ਸੀ ਉਹ ਸਨੈਚ ਕਰਕੇ ਲੈ ਗਏ ਨੇ ਜੀ। ਉਹ ਜੇ ਤਫਤੀਸ਼ ਤੋਂ ਦੱਸਿਆ ਨਹੀਂ ਉਹਨਾਂ ਸਾਨੂੰ, ਤੁਹਾਨੂੰ ਗੱਡੀ ਬਾਰੇ ਦੱਸਿਆ ਸੀ ਉਹਨਾਂ ਨੇ ਆਪਣਾ।